ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਯੂਟਿਊਬ ਚੈਨਲ ਫਰੀਦਕੋਟ ਪੀਨ ਕਲੱਬ 04 ਦੇ ਵਿੱਚ। ਅਤੇ ਅੱਜ ਆਪਾਂ ਨਵੇਂ ਬੱਚੇ ਜਿਹੜੇ ਚੱਕਾਂਗੇ ਤੁਹਾਨੂੰ ਦਿਖਾਉਣੇ ਆ। ਅਤੇ ਹਜੇ ਸੁਬਹਾ ਸੁਬਹਾ ਦਾ ਟਾਈਮ ਆ, ਸੂਰਜ ਚੜ੍ਹਿਆ ਅਤੇ ਆਪਾਂ ਖੋਲ੍ਹਦੇ ਹਾਂ ਖੁੱਡਾ। ਬੱਚੇ ਬਈ ਥੋੜ੍ਹੇ ਜਿਹੇ ਨਾ ਵੱਡੇ ਹੋ ਗਏ, ਕੰਮ ਚੱਲੀ ਜਾਂਦਾ ਸੀਗਾ ਘਰ ਦਾ, ਅਤੇ ਤੁਹਾਨੂੰ ਦਿਖਾਉਣੇ ਆ ਬੱਚੇ। ਦੇਖੋ ਬਈ, ਤਿੰਨ ਚਾਰ ਦਿਨ ਪਹਿਲਾਂ ਚੱਕਣੇ ਸੀ ਸਾਰੇ ਬੱਚੇ, ਇੱਧਰ ਵੀ ਬੱਚੇ ਆ। ਅਤੇ ਆ ਜਾਓ, ਤੁਹਾਨੂੰ ਆਪਾਂ ਸਾਰੇ ਚੱਲਦੇ ਹਾਂ ਪਿੰਜਰੇ 'ਚ, ਇੱਥੋਂ ਚੱਕ ਕੇ ਰਿੰਗਾਂ ਸਾਰਿਆਂ ਦੇ ਪਾਈਆਂ ਅਤੇ ਤੁਹਾਨੂੰ ਦਿਖਾਉਣੇ ਆ ਉੱਥੇ। ਲਓ ਵੀ ਮਿੱਤਰੋ, ਲਿਆਂਦੇ ਆਪਾਂ ਕਬੂਤਰ ਸਾਰੇ ਖੁੱਡਿਆਂ 'ਚੋਂ ਕੱਢ ਲੈਂਦੇ ਆ, ਅਤੇ ਇਹਦੇ 'ਚ ਪਾਲੇ ਆ ਪਿੰਜਰੇ 'ਚੋਂ। ਅਤੇ ਇੱਥੇ ਤੁਹਾਨੂੰ ਨਾਲੇ ਇਕੱਲਾ ਇਕੱਲਾ ਵਿਖਾਵਾਂਗੇ, ਛੱਡੀ ਜਾਂਦੇ ਹਾਂ। ਰਿੰਗਾਂ ਚੈੱਕ ਕਰ ਲਓ ਜੀ, ਪੱਕੀਆਂ ਸਾਰਿਆਂ ਦੇ, ਜਿਹੜੀਆਂ ਛੋਟੇ ਬੱਚਿਆਂ ਦੇ ਪਾਉਣੇ ਹੁੰਦੇ ਆ। ਅਤੇ ਆਹ ਬੱਚੇ ਆਪਾਂ ਕੱਢ ਲਏ ਆ, ਅਤੇ ਕਰੋ ਚੈੱਕ। ਹੁਣ ਇਹਨਾਂ ਨੂੰ ਆਪਾਂ ਪੰਜ ਚਾਰ ਦਿਨ ਹੱਥੀ ਪਾਲਾਂਗੇ, ਹੱਥੀ ਪਾਲ ਕੇ ਅਤੇ ਉਸ ਤੋਂ ਬਾਅਦ ਆਪਣੇ ਆਪ ਦਾਣਾ ਪਾਣੀ ਖਾਣ ਪੀਣ ਲੱਗ ਜਾਣਗੇ। ਕਰੋ ਚੈੱਕ ਵੀ ਸਾਰੇ ਬੱਚੇ, ਇੱਕ ਇੱਕ ਕਰਕੇ ਛੱਡੀ ਜਾਂਦੇ ਆ। ਲਓ ਬਈ, ਅਤੇ ਬਾਈ ਬਾਕੀ ਕਹਿੰਦੇ ਸੀਗੇ ਵੀ ਸਸਤੇ, ਬਈ ਯਾਰ ਰੇਟ ਬੜਾ ਹਾਈ ਆ ਕਬੂਤਰਾਂ ਦਾ, ਬਈ ਯਾਰ ਸਸਤਾ ਕੋਈ ਵੀ ਜਾਨਵਰ ਨਹੀਂ ਦਿੰਦਾ ਚੰਗਾ। ਜੇ ਜਾਨਵਰ ਸਸਤਾ ਦੇਊਗਾ ਤਾਂ ਉਹ ਤੁਹਾਨੂੰ ਪਤਾ ਹੀ ਆ ਕਿਹੋ ਜਿਹਾ ਦੇਊਗਾ। ਅਤੇ ਇਹ ਚੀਜ਼ ਸਸਤੇ ਬਾਰੇ ਨਾ ਆਖਿਆ ਕਰੋ ਮੇਰੇ ਭਰਾ, ਜੇ ਕੁਆਲਿਟੀ ਲੈਣੀ ਹੈ ਤਾਂ ਨਸਲ ਦਾ ਜਾਨਵਰ ਅਤੇ ਪੱਕੀ ਠੱਲ ਪੈਰ ਦੇ ਵਿੱਚ ਵਾਲਾ ਚੰਗਾ ਜਾਨਵਰ ਲੈਂਦੇ ਨਾ ਜਿਹੜਾ ਆਪਾਂ, ਉਹ ਸਸਤਾ ਬਈ ਨਹੀਂ ਮਿਲਦਾ। ਉਹ ਹਾਈ ਰੇਟ 'ਚ ਹੀ ਦੇਊਗਾ, ਕੋਈ ਵੀ ਬੰਦਾ ਦੇਊਗਾ ਜਿਹੜਾ ਚੰਗਾ ਜਾਨਵਰ ਹੈ। ਕਰੀ ਚਲੋ ਬਈ ਚੈੱਕ, ਛੱਡੀ ਜਾਂਦੇ ਆਪਾਂ ਇਕੱਲਾ ਇਕੱਲਾ ਕਰਕੇ। ਬਾਕੀ ਰਿੰਗਾਂ ਦਾ ਜ਼ਰੂਰ ਚੈੱਕ ਕਰ ਲਿਆ ਕਰੋ, ਹਰੇਕ ਦੇ ਪੈਰ ਦੇ ਵਿੱਚ ਪੱਕੀ ਰਿੰਗ ਆ ਬੱਚੇ ਦੇ। ਇਹ ਆਪਾਂ ਚੱਕੇ ਸੀ, ਮੈਂ ਕਿਹਾ ਬਾਈਆਂ ਨਾਲ ਸ਼ੇਅਰ ਕਰੀਏ ਜ਼ਰੂਰ, ਜਿਹੜੇ ਜਾਨਵਰ ਆਪਾਂ ਚੱਕਦੇ ਹਾਂ ਅਤੇ ਉਹ ਆਪਾਂ ਸ਼ੇਅਰ ਜ਼ਰੂਰ ਕਰਦੇ ਤੁਹਾਡੇ ਨਾਲ। ਲਓ ਬਈ, ਆਹ ਬੱਚੇ ਆਪਾਂ ਚੱਕੇ ਸੀਗੇ, ਇਹ ਥੋੜ੍ਹਾ ਜਿਹਾ ਨਾ ਡਰਦੇ ਆ ਨਵੇਂ ਨਵੇਂ ਚੱਕੇ ਕਰਕੇ। ਅਤੇ ਜ਼ਰੂਰ ਦੱਸਣਾ ਵੀ ਕਮੈਂਟ ਕਰਕੇ ਕਿੱਦਾਂ ਦੇ ਲੱਗੇ, ਕਿੱਦਾਂ ਦੀ ਆਪਾਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ, ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਬਈ ਯਾਰ। ਇਹ ਨਿੱਕੇ ਨਿੱਕੇ ਚੱਕ ਲਿਆ, ਹੁਣ ਹਫ਼ਤਾ ਆਪ ਪਾਲਾਂਗੇ ਇਹਨਾਂ ਨੂੰ, ਹਫ਼ਤਾ ਜਾਂ 10 ਦਿਨ, 7-8-10 ਦਿਨ ਤੱਕ ਇਹਨਾਂ ਨੂੰ ਆਪ ਪਾਲਾਂਗੇ। ਅਤੇ ਉਸ ਤੋਂ ਬਾਅਦ ਫਿਰ ਇਹ ਆਪਣੇ ਆਪ ਦਾਣਾ ਪਾਣੀ ਖਾਣ ਪੀਣ ਲੱਗ ਜਾਣਗੇ। ਅਤੇ ਬਾਕੀ ਜਿਹੜੇ ਵੀ ਬੱਚੇ ਦੇ ਤੁਸੀਂ ਰਿੰਗ ਦੇਖੋਗੇ, ਸਾਰਿਆਂ ਦੇ ਆਪਣੇ ਨਾਲ ਆ ਲੋਗੋ ਅਤੇ ਠੱਲ ਨੰਬਰ, ਇਹ ਪੱਕੀ ਹੁੰਦੀ ਹੈ, ਇਹ ਆਪਣੇ ਘਰ ਦੇ ਹੋਮ ਬਰੀਡ ਵਾਲੇ ਬੱਚੇ ਆ ਬਈ। ਅਤੇ ਬਾਕੀ ਜੇ ਕਿਸੇ ਨੇ ਮੰਗਵਾਉਣੇ ਆ ਛੋਟੇ ਬੱਚੇ ਤੋਂ ਲੈ ਕੇ ਵੱਡੇ ਕਬੂਤਰ ਤੱਕ, ਉਹ ਭੇਜ ਵੀ ਦਿੰਦੇ ਹਾਂ ਬਈ ਜਿੱਥੇ ਚਾਹੀਦੇ ਆ। ਅਤੇ ਬਾਕੀ ਜੇ ਕੋਈ ਆ ਕੇ ਲੈ ਕੇ ਜਾਣੇ ਆ ਤਾਂ ਆ ਕੇ ਵੀ ਲਿਜਾ ਸਕਦਾ ਆਪਣੇ ਤੋਂ, ਅਤੇ ਕੋਈ ਤੋਂ ਖਤੜ ਹੀ ਨਹੀਂ। ਜੇ ਰੇਟ ਹਾਈ 'ਚ ਦੇਵਾਂਗੇ ਤਾਂ ਇੱਕ ਨੰਬਰ ਚੀਜ਼ ਦੇਵਾਂਗੇ ਬਾਈ, ਜੇ ਰੇਟ ਫੁੱਲ ਰੇਟ ਲਵਾਂਗੇ ਅਗਲੇ ਤੋਂ ਪੈਸੇ ਫੁੱਲ ਲਵਾਂਗੇ ਤਾਂ ਚੀਜ਼ ਵੀ ਇੱਕ ਨੰਬਰ ਦੇਵਾਂਗੇ ਬਾਈ, ਜਾਨਵਰ ਪੂਰਾ ਵਧੀਆ ਦੇਵਾਂਗੇ। ਜਿਹੜੇ ਆਪਾਂ ਡਾਉਣੇ ਆ ਆਪ ਬਾਜੀਆਂ ਚੜ੍ਹਦੇ ਉਹਨਾਂ 'ਚੋਂ ਹੀ ਦੇਵਾਂਗੇ ਕਬੂਤਰ। ਅਤੇ ਬਾਕੀ ਡਿਲੀਵਰੀ ਤਾਂ ਤੁਹਾਨੂੰ ਪਤਾ ਹੀ ਆ, ਸਾਰੇ ਆਪਾਂ ਕਰ ਹੀ ਦਿੰਦੇ ਹਾਂ। ਅਤੇ ਬਾਕੀ ਲਿਜਾ ਸਕਦਾ ਕੋਈ ਵੀ ਆ ਕੇ ਆਪਣੇ ਤੋਂ, ਜੇ ਕੋਈ ਆ ਕੇ ਲਿਜਾਣਾ ਜਾਂ ਸੈਟਅਪ ਵੇਖਣਾ ਇੱਥੇ ਚਾਹੁੰਦਾ ਆਪਣੇ ਤੋਂ, ਜਾਂ ਵੱਡੇ ਕਬੂਤਰ ਦੇਖਣਾ ਚਾਹੁੰਦਾ, ਤਾਂ ਬਾਈ ਇਕੱਲੇ ਇਕੱਲੇ ਬੰਦੇ ਨੂੰ ਵੀਡੀਓ ਤਾਂ ਪਾ ਨਹੀਂ ਸਕਦੇ, ਅਤੇ ਇੱਥੇ ਆ ਕੇ ਦੇਖ ਸਕਦਾ, ਕਿਉਂਕਿ ਬਾਈ ਕਈ ਵੀਡੀਓ ਨੂੰ ਕਹਿ ਦਿੰਦੇ ਆ ਵੀਡੀਓ ਪਾ, ਹੁਣ ਇਕੱਲੇ ਇਕੱਲੇ ਜੋੜੇ ਦੀ ਵੀਡੀਓ ਨਹੀਂ ਪਾ ਸਕਦੇ ਹੈ ਨਾ। ਅਤੇ ਜ਼ਰੂਰ ਇੱਥੇ ਆ ਕੇ ਵੀ ਆਪਣਾ ਚੈੱਕ ਕਰਕੇ ਲਿਜਾ ਸਕਦਾ ਕਬੂਤਰ, ਅਤੇ ਜ਼ਰੂਰ ਦੱਸਣਾ ਕਿੱਦਾਂ ਦੇ ਲੱਗੇ ਬੱਚੇ ਜਿਹੜੇ ਨਿਊ ਕਢਵਾਏ ਆ। ਅਤੇ
बाकी कमेंट जरूर कर दिया करो भाई, तो लाइक भी कर दिया करो। तो जिन्हें भाई ने नवे अपने चैनल पर तो वो अपने चैनल में सबसक्राइब कर लो, तो नोटिफिकेशन वाली बैल आइकन ऑन कर लो, ता कि जी वीडियो थोनू अपनी पावे तो वो नाल दी नाल थोनू नोटिफिकेशन मिल जाए कभी। तो धन्यवाद भाई, बहुत बहुत।